ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਪੂਰਾ ਮੁਲਕ ਬੰਦ ਹੈ, ਪਰ ਇਸ ਦਰਮਿਆਨ ਮੁਲਕ ਵਿੱਚ ਵਿਦੇਸ਼ੀ ਵੀ ਇਸ ਲਾਕਡਾਊਨ ਦੇ ਚੱਲਦਿਆਂ ਲੌਕ ਹੋ ਕੇ ਰਹਿ ਗਏ ਹਨ। ਮਲੇਸ਼ੀਆ ਤੋਂ ਭਾਰਤ ਘੁੰਮਣ ਆਏ ਸੈਂਕੜੇ ਸੈਲਾਨੀ ਇੱਥੇ ਫਸੇ ਹੋਏ ਨੇ। ਨਵੀਂ ਦਿੱਲੀ ਦੇ ਪੰਜਾਬ ਸਮੇਤ ਕੁਝ ਸੈਲਾਨੀ ਦੱਖਣੀ ਰਾਜਾਂ ਵਿੱਚ ਵੀ ਫਸੇ ਹੋਏ ਹਨ, ਵਾਪਸੀ ਦੇ ਇੰਤਜ਼ਾਰ ਵਿੱਚ ਹਨ। ਪੰਜਾਬ ਵਿੱਚ 157 ਦੇ ਕਰੀਬ ਮਲੇਸ਼ੀਅਨ ਟੂਰਿਸਟ ਫਸੇ ਹੋਏ ਨੇ। ਜਾਂ ਸ਼ਾਨ ਸਿੱਖ ਮਲੇਸ਼ੀਆ ਵੱਲੋਂ ਇਹਨਾਂ ਦੀ ਵਾਪਸੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਵੱਲੋਂ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ, ਪਰ ਮੌਜੂਦਾ ਹਾਲਾਤ ਵਿੱਚ ਕਾਫੀ ਮੁਸ਼ਕਿਲ ਆ ਰਹੀ ਹੈ। YSM ਦੇ ਅੰਮ੍ਰਿਤ ਕੌਰ ਦਾ ਕਹਿਣਾ ਹੈ ਕਿ ਸਾਡੇ ਕੋਲ ਸੈਲਾਨੀ ਪਹੁੰਚ ਕਰ ਰਹੇ ਹਨ। ਪੰਜਾਬ ਵਿੱਚ ਕਰੀਬ 157 ਯਾਤਰੀ ਇਸ ਵੇਲੇ ਫਸੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਚੇਨਈ ਸਮੇਤ ਦੱਖਣੀ ਰਾਜਾਂ ਤੋਂ ਤਾਂ ਉਹਨਾਂ ਵੱਲੋਂ ਚਾਰਟਰਡ ਪਲੇਨ ਦਾ ਇੰਤਜ਼ਾਮ ਕਰ ਇਹਨਾਂ ਸੈਲਾਨੀਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਹੈ, ਪਰ ਪੰਜਾਬ ਵਿੱਚ ਹਾਲਾਤ ਥੋੜਾ ਪੇਚੀਦਾ ਹਨ। ਕੁਝ ਸੈਲਾਨੀ ਇਸ ਵੇਲੇ ਏਅਰਪੋਰਟ ਤੇ ਫਸੇ ਹਨ ਤਾਂ ਕੁਝ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਖਿਲ ਰਹੇ ਹਨ। ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਬਣਾ ਉਹਨਾਂ ਨੂੰ ਏਅਰਪੋਰਟ ਤੱਕ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿੱਚ ਇੱਕ ਹੋਟਲ ਵਿੱਚ ਰੱਖੇ ਕੁਝ ਮਲੇਸ਼ੀਆ ਤੋਂ ਆਏ ਪੰਜਾਬੀ ਮੂਲ ਦੇ ਸੈਲਾਨੀਆਂ ਦਾ ਕਹਿਣਾ ਹੈ ਕਿ ਉਹ 7 ਤਾਰੀਖ ਨੂੰ ਭਾਰਤ ਆਏ। ਉਹਨਾਂ ਦਾ ਵੀਜ਼ਾ ਤਾਂ ਖਤਮ ਹੋਣ ਵਾਲਾ ਹੈ, ਪਰ ਹੁਣ ਇੱਥੇ ਸਭ ਕੁਝ ਬੰਦ ਹੋ ਜਾਣ ਕਾਰਨ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਤਰੀਕੇ ਵਾਪਸ ਮਲੇਸ਼ੀਆ ਪਹੁੰਚਾਇਆ ਜਾਵੇ। ਸਾਡੇ ਨਾਲ ਬੱਚੇ ਵੀ ਹਨ, ਜਿਨ੍ਹਾਂ ਨੂੰ ਲੈ ਕੇ ਅਸੀਂ ਖਾਸੇ ਫਿਕਰਮੰਦ ਹਾਂ। ਮਲੇਸ਼ੀਅਨ ਇੰਡੀਅਨ ਕਾਂਗਰਸ ਵੱਲੋਂ ਇਹਨਾਂ ਫਸੇ ਯਾਤਰੀਆਂ ਨੂੰ ਇੱਥੋਂ ਕੱਢਣ ਲਈ ਭਾਰਤ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਹਾਲਾਂਕਿ ਭਾਰਤ ਸਰਕਾਰ ਵੱਲੋਂ ਸਾਰੀਆਂ ਕੌਮਾਂਤਰੀ ਉਡਾਣਾਂ ਮੁਕੰਮਲ ਤੌਰ ਤੇ ਬੰਦ ਕਰਨ ਦੀ ਵਜ੍ਹਾ ਨਾਲ ਦਿੱਕਤ ਆ ਰਹੀ ਹੈ, ਅਤੇ ਇਹ ਪਰੇਸ਼ਾਨੀ ਉਸ ਵੇਲੇ ਹੋਰ ਵੱਧ ਗਈ ਹੈ ਜਦੋਂ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਮੁਕੰਮਲ ਲੌਕਡਾਊਨ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।